ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਵਿੱਚ ਅੱਜ ਲਗਾਤਾਰ ਮੀਂਹ ਪੈ ਰਿਹਾ। ਹਾਲਾਂਕਿ ਮੌਸਮ ਵਿਭਾਗ ਦੀ ਮੰਨੀਏ ਤਾਂ ਯੈਲੋ ਅਲਰਟ ਜਾਰੀ ਕੀਤਾ ਗਿਆ ਸੀਗਾ ਅੱਜ ਵਾਸਤੇ, ਸੰਡੇ ਵਾਸਤੇ, ਤੇ ਅਸੀਂ ਮੌਜੂਦ ਹਾਂ ਖਰੜ ਦੀ ਸੜਕਾਂ ਤੇ। ਹਾਲਾਂਕਿ ਲਗਾਤਾਰ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ, ਰੁਕ ਰੁਕ ਕੇ ਮੀਂਹ ਪੈ ਰਿਹਾ, ਦੇਰ ਰਾਤ ਤੋਂ ਹੀ ਜਿਹੜਾ ਮੀਂਹ ਹੈ ਉਹ ਲਗਾਤਾਰ ਪੈ ਰਿਹਾ, ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਖਰੜ ਅਸੀਂ ਮੌਜੂਦ ਹਾਂ ਜਿੱਥੇ ਜਲ ਭਰਾਵ ਦੀ ਜਿਹੜੀ ਵਾਟਰ ਲੌਗਿੰਗ ਦੀ ਦਿੱਕਤ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ। ਇਹ ਰੋਡ ਕੁਰਾਲੀ ਰੋਡ ਹੈ, ਖਰੜ ਕੁਰਾਲੀ ਰੋਡ, ਜਿੱਥੇ ਸਲਿਪ ਰੋਡ ਪੂਰਾ ਭਰ ਚੁੱਕਿਆ ਹੈ। ਤਸਵੀਰਾਂ ਕੋਸ਼ਿਸ਼ ਕਰਾਂਗੇ ਕਿਉਂਕਿ ਮੀਂਹ ਬਹੁਤ ਜ਼ਿਆਦਾ, ਬਰਸਾਤ ਬਹੁਤ ਜ਼ਿਆਦਾ ਪੈ ਰਹੀ ਹੈ, ਇਸ ਕਰਕੇ ਵਾਟਰ ਲੌਗਿੰਗ ਦੀ ਜਿਹੜੀ ਦਿੱਕਤ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ। ਪੂਰਾ ਜਿਹੜਾ ਸਲਿਪ ਰੋਡ ਹੈ ਉਹ ਪੂਰਾ ਭਰ ਚੁੱਕਿਆ ਹੈ। ਹਾਲਾਂਕਿ ਪ੍ਰਸ਼ਾਸਨ ਦੇ ਦਾਅਵੇ ਜ਼ਰੂਰ ਖੋਖਲੇ ਹੁੰਦੇ ਨੇ, ਇਸ ਵੇਲੇ ਜਦ ਤੇਜ਼ ਮੀਂਹ ਪੈਂਦਾ ਹੈ, ਬਰਸਾਤ ਹੁੰਦੀ ਹੈ, ਤਾਂ ਕਿਸੇ ਤਰ੍ਹਾਂ ਦੀ ਕੋਈ ਸੀਵਰੇਜ ਦੀ ਸਫਾਈ ਜਾਂ ਇਸ ਤਰ੍ਹਾਂ ਦੀ ਸਫਾਈ ਨਹੀਂ ਹੁੰਦੀ, ਜਿਸ ਕਰਕੇ ਵਾਟਰ ਲੌਗਿੰਗ ਦੀ ਜਿਹੜੀ ਦਿੱਕਤ ਹੈ ਉਹ ਜ਼ਰੂਰ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਜ਼ਰੂਰ ਦਾਅਵੇ ਕੀਤੇ ਜਾ ਰਹੇ ਸੀ ਕਿ ਇਹ ਤਸਵੀਰਾਂ ਤੁਸੀਂ ਪੂਰਾ ਰੋਡ ਭਰਿਆ ਹੋਇਆ, ਲੇਕਿਨ ਵਾਟਰ ਲੌਗਿੰਗ ਦੀ ਦਿੱਕਤ ਬਹੁਤ ਜ਼ਿਆਦਾ ਸਾਹਮਣੇ ਆ ਰਹੀ ਹੈ ਲੋਕਾਂ ਨੂੰ ਕਾਫੀ, ਕਿਉਂਕਿ ਪੂਰਾ ਰੋਡ ਬਲੌਕ ਹੋ ਚੁੱਕਿਆ ਹੈ। ਇਹ ਪੂਰਾ ਵਾਟਰ ਲੌਗਿੰਗ ਕਰਕੇ, ਜਲ ਭਰਾਵ ਕਰਕੇ ਪੂਰਾ ਏਰੀਆ ਵੀ ਜਲਮਗਨ ਹੋ ਚੁੱਕਿਆ ਹੈ। ਤਸਵੀਰਾਂ ਖਰੜ ਕੁਰਾਲੀ ਰੋਡ ਦੀ ਹੈ ਜਿੱਥੇ ਵੱਡੀ ਸੁਸਾਇਟੀ ਬਣੀ ਹੋਈ ਹੈ ਔਰ ਵਾਟਰ ਲੌਗਿੰਗ ਦੀ ਦਿੱਕਤ ਜਿਹੜੀ ਹੈ ਉਹ ਲਗਾਤਾਰ, ਹਾਲਾਂਕਿ ਇਹ ਪਹਿਲੀ ਵਾਰੀ ਨਹੀਂ ਹੋਇਆ, ਪਹਿਲਾਂ ਵੀ ਲੋਕਾਂ ਦੀ ਕਾਫੀ ਸ਼ਿਕਾਇਤਾਂ ਸਾਹਮਣੇ ਆਈ ਹੈ ਕਿ ਵਾਟਰ ਲੌਗਿੰਗ ਦੀ ਜਿਹੜੀ ਦਿੱਕਤ ਹੈ ਉਹ ਜ਼ਰੂਰ ਵੇਖਣ ਨੂੰ ਮਿਲਦੀ ਹੈ। ਹਾਲਾਂਕਿ ਪ੍ਰਸ਼ਾਸਨ ਦੇ ਦਾਅਵੇ ਜ਼ਰੂਰ ਖੋਖਲੇ ਹੁੰਦੇ ਨੇ, ਲੇਕਿਨ ਕਈ ਚੀਜ਼ਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਜ਼ਰੂਰ ਕਿਹਾ ਗਿਆ ਹੈ ਕਿ ਅਸੀਂ ਪੂਰਾ ਸਫਾਈ ਕਰਾਈ ਜਾਂਦੀ ਹੈ, ਲੇਕਿਨ ਇਸ ਤਰ੍ਹਾਂ ਦਾ ਜਦ ਬਰਸਾਤ ਹੁੰਦੀ ਹੈ ਤਾਂ ਵਾਟਰ ਲੌਗਿੰਗ ਦੀ ਜਿਹੜੀ ਦਿੱਕਤ ਹੈ ਉਹ ਲਗਾਤਾਰ ਸਾਹਮਣੇ ਆਉਂਦੀ ਹੈ। ਹਾਲਾਂਕਿ ਤੇਜ਼ ਮੀਂਹ ਪੈ ਰਿਹਾ, ਯੈਲੋ ਅਲਰਟ ਜਾਰੀ ਕੀਤਾ ਗਿਆ, ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਲਗਾਤਾਰ ਜਿਹੜਾ ਇਹ ਪੂਰੀ ਸਫਾਈ ਕੀਤੀ ਗਈ ਹੈ ਔਰ ਯੈਲੋ ਅਲਰਟ ਅੱਜ ਵਾਸਤੇ ਜਾਰੀ ਕੀਤਾ ਗਿਆ, ਲੇਕਿਨ ਮੌਸਮ ਵਿਭਾਗ ਦੀ ਮੰਨੀਏ ਤਾਂ ਹਿਊਮਿਡਿਟੀ ਜਿਹੜੀ ਹੈ ਉਹ ਜ਼ਰੂਰ ਕਮ ਹੋਵੇਗੀ ਔਰ ਆਉਣ ਵਾਲੇ ਦਿਨਾਂ 'ਚ ਮੌਸਮ ਜਿਹੜਾ ਉਹ ਕਾਫੀ ਸੁਹਾਵਣਾ ਹੋਣ ਵਾਲਾ ਹੈ। ਖਰੜ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।